ਸਭ ਤੋਂ ਪਹਿਲਾਂ ਤਾਂ ਉਹਨਾਂ 84,684 ਜਾਗਦੇ ਸਿਰਾਂ ਨੂੰ ਸਲਾਮ ਆ ਜਿਨ੍ਹਾਂ ਨੇ ਪੰਜਾਬ ਦੇ ਮੁੱਦਿਆਂ ਨੂੰ ਸਮਝ ਕੇ ਮੇਰਾ ਸਾਥ ਦਿੱਤਾ। ਤੁਹਾਡਾ ਬਹੁਤ ਬਹੁਤ ਧੰਨਵਾਦ ਆ ਕਿ ਤੁਸੀਂ ਬਹੁਤ ਤਕੜੀ ਲੜਾਈ ਲੜੀ ਆ। ਇੱਕ ਪਾਸੇ ਪੈਸੇ ਦਾ ਜ਼ੋਰ, ਤੰਤਰ ਦਾ ਜ਼ੋਰ, ਸਰਕਾਰ ਦਾ ਜ਼ੋਰ, ਮੀਡੀਆ ਦਾ ਜ਼ੋਰ ਬੜਾ ਜ਼ੋਰ ਲੱਗਿਆ, ਪਰ ਫਿਰ ਵੀ ਤੁਸੀਂ ਬਹੁਤ ਤਕੜੇ ਰਹੇ ਕਿ ਤੁਸੀਂ ਇਹ ਲੜਾਈ ਜਿਹੜੀ ਲੜੀ ਆ। ਤੁਹਾਡਾ ਬਹੁਤ ਤਹਿ ਦਿਲੋਂ ਧੰਨਵਾਦ ਆ। ਕਿਸੇ ਪ੍ਰਕਾਰ ਦਾ ਕਈ ਸੱਜਣਾਂ ਦੇ ਫੋਨ ਆਈ ਜਾਂਦੇ ਨੇ ਕਿ ਬਈ ਆਹ ਕੀ ਹੋ ਗਿਆ, ਉਹ ਕੀ ਹੋ ਗਿਆ, ਕੋਈ ਗੱਲ ਨਹੀਂ, ਜ਼ਿੰਦਗੀ ਦਾ ਹਿੱਸਾ ਨੇ ਜਿੱਤਾਂ ਦੇ ਹਾਰਾਂ, ਚੱਲਦਾ ਰਹਿੰਦਾ। ਆਪਾਂ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਇਹ ਜੰਗ ਲੜੀ ਆ। ਜਿਹੜੇ ਮੁੱਦੇ ਆਪਾਂ ਪੰਜਾਬ ਦੇ ਵਿੱਚ ਉਠਾਉਂਦੇ ਆ ਰਹੇ ਹਾਂ, ਆਪਣੀ ਸੋਚ ਸੀਗੀ ਵੀ ਇਹ ਮੁੱਦੇ ਦੇਸ਼ ਦੀ ਪਾਰਲੀਮੈਂਟ ਜਾ ਕੇ ਉੱਠਣੇ ਚਾਹੀਦੇ ਨੇ, ਚਾਹੇ ਉਹ ਸਾਡੇ ਪਾਣੀਆਂ ਦਾ ਮੁੱਦਾ, ਚਾਹੇ ਸਾਡੀ ਰਾਜਧਾਨੀ ਦਾ ਮੁੱਦਾ, ਚਾਹੇ ਸਾਡੇ ਡੈਮਾਂ ਦੇ ਮੁੱਦੇ ਨੇ, ਚਾਹੇ ਮਾਂ ਬੋਲੀ ਦਾ ਮੁੱਦਾ, ਚਾਹੇ ਨਸ਼ਿਆਂ ਦੇ ਮੁੱਦੇ ਨੇ, ਚਾਹੇ ਉਹ ਸਾਡੀ ਕਿਸਾਨੀ ਦਾ ਮੁੱਦਾ, ਚਾਹੇ ਸਾਡੇ ਮਜ਼ਦੂਰਾਂ ਦੇ ਮੁੱਦੇ ਨੇ, ਜਿਹੜੇ ਮੁੱਦਿਆਂ ਨੂੰ ਲੈ ਕੇ ਆਪਾਂ ਇਹ ਚੋਣ ਲੜੀ ਆ, ਅਤੇ ਆਪਾਂ ਪਿੰਡੋ ਪਿੰਡੀ ਜਾ ਕੇ ਇਹ ਪ੍ਰਚਾਰ ਵੀ ਕੀਤਾ ਕਿ ਸਾਡੀ ਬੋਲੀ, ਇਤਿਹਾਸ, ਪਾਣੀ, ਜਵਾਨੀ, ਕਿਸਾਨੀ, ਮਜ਼ਦੂਰ, ਸਾਰਾ ਕੁਛ ਹੀ ਪੰਜਾਬ ਦਾ ਦਾਅ 'ਤੇ ਲੱਗਿਆ ਵਾ। ਆਪਾਂ ਉਹਨਾਂ ਗੱਲਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਗਏ ਸੀ। ਸੋ ਮੈਂ ਸਲਾਮ ਕਰਦਾ ਉਹਨਾਂ 84,000 ਲੋਕਾਂ ਨੂੰ ਜਿਨ੍ਹਾਂ ਨੇ ਇਹ ਫਤਵਾ ਦਿੱਤਾ, ਉਹਨਾਂ ਨੇ ਮੇਰੀ ਗੱਲ ਨੂੰ ਸਮਝਿਆ ਕਿ ਅਸਲ ਜਿਹੜੇ ਪੰਜਾਬ ਦੇ ਮੁੱਦੇ ਨੇ ਉਹਨਾਂ ਮੁੱਦਿਆਂ ਦੇ ਉੱਤੇ ਜਿਹੜੀ ਗੱਲਬਾਤ ਹੋਣੀ ਚਾਹੀਦੀ ਆ। ਸੋ ਬਹੁਤ ਧੰਨਵਾਦ ਇਸ ਗੱਲੋਂ ਤੁਹਾਡਾ। ਇਸ ਤੋਂ ਇਲਾਵਾ ਮੈਂ ਧੰਨਵਾਦ ਕਰਦਾ ਖੰਡੂਰ ਸਾਹਿਬ ਦੇ ਲੋਕਾਂ ਦਾ, ਫਰੀਦਕੋਟ ਦੇ ਲੋਕਾਂ ਦਾ, ਕਿ ਉਹਨਾਂ ਲੋਕਾਂ ਨੇ ਇਸ ਸਰਕਾਰ ਨੂੰ ਸ਼ੀਸ਼ਾ ਦਿਖਾਇਆ। ਜਿਹੜੀ ਸਰਕਾਰ ਸਿੱਖ ਵਿਰੋਧੀ ਸਰਕਾਰ ਸੀ, ਜਿਨ੍ਹਾਂ ਨੇ NSA ਲਾਉਣ ਤੋਂ ਇਲਾਵਾ, ਡਿਬਰੂਗੜ੍ਹ ਸਾਡੀ ਨੌਜਵਾਨੀ ਭੇਜਣ ਤੋਂ ਇਲਾਵਾ, ਜੋ ਪੰਜਾਬ ਨੂੰ ਇੱਕ ਦਹਿਸ਼ਤ ਜਦਾ ਕੀਤਾ, ਖੌਫ ਜਦਾ ਕੀਤਾ, ਡਰ ਦਾ ਮਾਹੌਲ ਬਣਾਇਆ ਪੰਜਾਬ ਦੇ ਲੋਕਾਂ ਦੇ, ਇੱਥੇ ਕਰਫਿਊ ਲਾ ਕੇ ਘਰੋ ਘਰੀ ਤਲਾਸ਼ੀਆਂ ਹੋਈਆਂ, ਨੌਜਵਾਨ ਚੱਕੇ ਗਏ, ਇਹ ਬਹੁਤ ਵੱਡੀ ਚਪੇੜ ਹੈ ਇਸ ਸਰਕਾਰ ਦੇ ਮੂੰਹ 'ਤੇ ਕਿ ਤੁਸੀਂ ਦੋ ਸ਼ੀਟਾਂ ਬਿਲਕੁਲ ਐਂ ਕਲੀਅਰ ਕਰਕੇ ਲੋਕਾਂ ਨੂੰ ਦੱਸਤਾ, ਸਰਕਾਰ ਨੂੰ ਦੱਸਤਾ, ਦਿੱਲੀ ਤੱਕ ਦੱਸਤਾ ਕਿ ਇਹ ਜਿਹੜੇ ਲੋਕ ਨੇ ਇਹ ਕਦੇ ਵੀ ਜਦੋਂ ਜਦੋਂ ਵੀ ਸਿੱਖਾਂ ਦੇ ਉੱਤੇ ਜ਼ੁਲਮ ਹੋਇਆ, ਚਾਹੇ ਕਿਸੇ ਵੀ ਰੂਪ ਦੇ ਵਿੱਚ ਸਿੱਖਾਂ ਨੇ ਉਹਦਾ ਜਵਾਬ ਦਿੱਤਾ, ਹਰ ਹਾਲ ਸਿੱਖ ਜਵਾਬ ਦਿੰਦੇ ਆਏ ਨੇ, ਚਾਹੇ ਪਹਿਲਾਂ ਅਬਦਾਲੀਆਂ ਵੇਲੇ ਹੁੰਦਾ ਹੋਵੇ, ਮੁਗਲਾਂ ਵੇਲੇ ਹੁੰਦਾ ਹੋਵੇ, ਅੰਗਰੇਜ਼ਾਂ ਵੇਲੇ ਹੁੰਦਾ ਹੋਵੇ, ਚਾਹੇ ਬੇਅੰਤ ਸਿੰਘ ਵੇਲੇ ਹੁੰਦਾ ਹੋਇਆ ਹੋਵੇ, ਚਾਹੇ ਹੁਣ ਇਸ ਭਗਵੰਤ ਸਿੰਘ ਬਾਰੇ ਹੋਇਆ ਹੋਵੇ, ਲੋਕਾਂ ਨੇ ਜਵਾਬ ਦੇਤਾ। ਇਕੱਲੇ ਇਹਨਾਂ ਦੋ ਹਲਕਿਆਂ ਤੋਂ ਇਲਾਵਾ ਬਾਕੀ ਜਿਹੜੇ 92 ਜਿੱਤੇ ਸੀਗੇ, 92 ਤੋਂ ਸਿਮਟ ਕੇ 13 'ਤੇ ਆ ਗਏ ਆ। ਬੜੇ ਤੰਜ ਕਰਦਾ ਸੀਗਾ ਇਹ, ਬੜੀਆਂ ਚੁਟਕਲੇ ਕਹਾਣੀਆਂ ਕਿ ਇਹ ਸਕੂਟਰ 'ਤੇ ਜਾਇਆ ਕਰਨਗੇ, ਹੁਣ ਤੇਰੇ ਕੋਲ ਵੀ 3 ਰਹਿ ਗਏ, ਤੁਸੀਂ ਵੀ ਸਕੂਟਰ 'ਤੇ ਵਗ ਜਾਇਆ ਕਰੋਗੇ ਕਦੇ, ਉਹ 3 ਚੋਂ ਵੀ ਪਤਾ ਨਹੀਂ ਕਿਹੜਾ ਨੂੰ ਕਿੱਧਰ ਨੂੰ ਭੱਜੇ। ਸੋ ਇਹ ਮੈਂ ਉਹਨਾਂ ਲੋਕਾਂ ਦਾ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ 2 ਸਾਲਾਂ ਦੇ ਵਿੱਚ ਇਸ ਸਰਕਾਰ ਨੂੰ, ਜੋ ਇਹ ਸਰਕਾਰ ਨੇ ਵਾਅਦੇ ਕੀਤੇ, ਉਹ ਇੱਕ ਵੀ ਵਾਅਦੇ ਦੇ ਉੱਤੇ ਪੂਰੇ ਨਹੀਂ ਉਤਰੇ।
ਉਹਨਾਂ ਲੋਕਾਂ ਦਾ, ਪੰਜਾਬੀਆਂ ਦਾ ਬਹੁਤ ਧੰਨਵਾਦ। ਹਾਂ, ਦੁੱਖ ਹੋਇਆ ਗੱਲ ਦਾ। ਕਿਹੜੀ ਗੱਲ ਦਾ ਹੋਇਆ? ਉਹ ਇਸ ਗੱਲ ਦਾ ਹੋਇਆ ਕਿ 84 ਦੇ ਦਿਨ ਚੱਲਦੇ ਹੋਣ, ਜੂਨ 84, 1984 ਦੀ ਗੱਲ ਮੈਂ ਕਰਦਾ, ਉਹ 84 ਦੇ ਵਿੱਚ ਸਾਡਾ ਕਿੱਡਾ ਵੱਡਾ ਕਾਂਡ ਹੋਇਆ ਹੋਵੇ ਅਤੇ ਉਸ 4 ਤਰੀਕ ਨੂੰ ਅੱਜ ਨਤੀਜੇ ਆਏ ਹੋਣ ਅਤੇ ਫਤਵਾ ਗਿਆ ਹੋਵੇ ਉਸ ਧਿਰ ਦੇ ਹੱਕ ਦੇ ਵਿੱਚ, ਜਿਹੜੀ 1 ਤੋਂ ਲੈ ਕੇ 6 ਜੂਨ ਤੱਕ ਇਹ ਸਾਰੇ ਕਾਰੇ, ਇਹ ਕਾਂਡ, ਇਹ ਸਭ ਜੋ ਕੁਛ ਕਾਂਡ ਹੋਇਆ ਉਹਦੀ ਜ਼ਿੰਮੇਵਾਰ ਉਹ ਧਿਰ ਸੀ। ਇਹ ਦੁੱਖ ਹੋਇਆ, ਦੁੱਖ ਹੋਇਆ ਜੋ ਬੇਅਦਬੀਆਂ ਦੇ ਦੋਸ਼ੀ ਸੀ, ਜੋ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀ ਸੀ, ਜੋ ਪੰਜਾਬ ਦੇ ਹੱਕ ਵੇਚਣ ਦੇ ਦੋਸ਼ੀ ਨੇ, ਉਹਨਾਂ ਦੇ ਹੱਕ 'ਚ ਫਤਵਾ ਗਿਆ। ਇਸ ਗੱਲ ਦਾ ਦੁੱਖ ਹੋਇਆ। ਬਾਕੀ ਕੋਈ ਗੱਲ ਨਹੀਂ, ਚੜ੍ਹਦੇ ਕਲਾ ਰਹੋ। ਆਪਾਂ ਉਹ ਕਹਿੰਦੇ ਆ, ਨਾ ਤਾਂ ਅਸੀਂ ਜਿੱਤਾਂ ਦੇ ਬਹੁਤੇ ਜਸ਼ਨ ਮਨਾਉਂਦੇ ਹਾਂ ਅਤੇ ਨਾ ਹਾਰਾਂ ਦੇ ਮਾਤਮ। ਜੰਗ ਯੁੱਧ ਚੱਲਦੇ ਰਹਿੰਦੇ ਆ, ਜੰਗਾਂ ਯੁੱਧਾਂ ਦੇ ਵਿੱਚ ਹਾਰਾਂ ਜਿੱਤਾਂ ਹੁੰਦੀਆਂ ਰਹਿੰਦੀਆਂ ਨੇ, ਪਰ ਇਨਸਾਨ ਹੋਵੇ ਚਾਹੇ ਕੌਮ ਹੋਵੇ, ਉਹ ਹਾਰ ਜਾਂਦੇ ਨੇ ਜਿਹੜੇ ਜੰਗ ਤੋਂ ਬਾਅਦ ਘੋੜਿਆਂ ਦੀਆਂ ਕਾਠੀਆਂ ਤੋਂ ਉੱਤਰ ਜਾਂਦੇ ਨੇ। ਆਪਣੀਆਂ ਘੋੜਿਆਂ ਦੀਆਂ ਕਾਠੀਆਂ ਤਿਆਰ ਨੇ, ਕਸੀਆਂ ਨੇ, ਆਪਾਂ ਜੰਗ ਲਈ ਤਿਆਰ ਹਾਂ। ਨਾ ਪਹਿਲਾਂ ਪਿੱਛੇ ਹਟੇ ਸੀ ਅਤੇ ਨਾ ਹੁਣ ਪਿੱਛੇ ਹਟਣਾ। ਇਸ ਪੰਜਾਬ ਲਈ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਿਆ ਕਿ ਜਿੱਦੇ ਲੋੜ ਪੈਗੀ ਨਾ, ਖੂਨ ਦਾ ਕਤਰਾ ਕਤਰਾ ਵੀ ਵਹਾ ਦਾਂਗੇ, ਚੱਕ ਪੰਜਾਬ ਸੰਤਰੇ ਲਿਖੇ ਆ। ਇਹ ਤਾਂ ਗੱਲ ਚੀਜ਼ ਹੀ ਕੁਛ ਨਹੀਂ। ਪਰ ਮੈਂ ਹਮੇਸ਼ਾ ਤੁਹਾਨੂੰ ਇੱਕੋ ਹੀ ਗੱਲ ਸਮਝਾਉਣ ਦਾ ਯਤਨ ਕਰਦਾ ਆ ਰਿਹਾ ਕਿ ਸਾਡੀ ਵਿਰਾਸਤ ਨੂੰ ਖਤਮ ਕਰਨ 'ਤੇ ਲੱਗੇ ਹੋਏ ਆ, ਸਾਡੀ ਬੋਲੀ ਨੂੰ ਮਾਰਨ 'ਤੇ ਲੱਗੇ ਹੋਏ ਆ, ਸਾਡੇ ਪਾਣੀ ਜ਼ਹਿਰੀਲੇ ਕਰਕੇ, ਸਾਡੀ ਧਰਤੀ ਜ਼ਹਿਰੀਲੀ ਕਰਕੇ, ਸਾਡੀ ਆਬੋ ਹਵਾ ਜ਼ਹਿਰੀਲੀ ਕਰਕੇ ਸਾਨੂੰ ਖਤਮ ਕਰਨ 'ਤੇ ਲੱਗੇ ਹੋਏ ਆ। ਪ੍ਰਵਾਸ ਹੋ ਰਿਹਾ ਵੱਡੇ ਪੱਧਰ ਦੇ ਉੱਤੇ, ਇਹ ਚਿੰਤਾ ਦਾ ਵਿਸ਼ਾ ਹੈ। ਸਾਡਾ ਪਾਣੀ ਮੁੱਕ ਰਿਹਾ ਧਰਤੀ ਹੇਠੋਂ, ਚਿੰਤਾ ਦਾ ਵਿਸ਼ਾ ਹੈ। ਨਹਿਰੀ ਪਾਣੀ, ਦਰਿਆਵਾਂ ਦੇ ਪਾਣੀ ਸਾਡੇ ਖੋਹ ਕੇ ਦੂਜੇ ਸੂਬਿਆਂ ਨੂੰ ਦਿੱਤੇ ਜਾ ਰਹੇ ਨੇ, ਇਹ ਚਿੰਤਾ ਦਾ ਵਿਸ਼ਾ ਹੈ। ਮੈਨੂੰ ਇੱਥੋਂ ਤੱਕ ਵੀ ਫਿਕਰ ਹੈ ਇਸ ਪੰਜਾਬ ਦਾ। ਤੁਸੀਂ ਸਾਰਿਆਂ ਨੇ ਮੇਰਾ ਭਾਸ਼ਣ ਸੁਣਿਆ, ਮੈਂ ਹਰ ਪਿੰਡ 'ਚ ਗਿਆ, ਮੈਂ ਸਿਆਸੀ ਗੱਲਾਂ ਤਾਂ ਬਹੁਤ ਥੋੜ੍ਹੀਆਂ ਕੀਤੀਆਂ। ਮੈਂ ਤੁਹਾਨੂੰ ਇਹ ਸਮਝਾਉਂਦਾ ਰਿਹਾ ਕਿ ਪੰਜਾਬ ਦੇ ਲੋਕੋ, ਮੱਕੀ ਦਾ ਚਾਰ ਵੀ ਨਾ ਪਾਓ। ਇੱਥੋਂ ਤੱਕ ਵੀ ਮੈਂ ਕਿਹਾ ਮੱਕੀ ਦਾ ਚਾਰ ਨਾ ਪਾਓ, ਆਪਾਂ ਬਿਮਾਰੀਆਂ ਵੱਲ ਵੱਧ ਰਹੇ ਹਾਂ, ਜ਼ਹਿਰਾਂ ਵਾਲੇ ਅਨਾਜ ਖਾਣੇ ਬੰਦ ਕਰੋ, ਵਾਤਾਵਰਨ ਨੂੰ ਆਪਾਂ ਧਿਆਨ 'ਚ ਰੱਖੀਏ, ਪਾਣੀ ਦੀ ਗੱਲ, ਬੋਲੀ ਦੀ ਗੱਲ, ਇਤਿਹਾਸ ਨੂੰ ਸਾਂਭਣ ਦੀ ਗੱਲ, ਹਰ ਮੈਂ ਉਹ ਗੱਲ ਤੁਹਾਡੇ ਨਾਲ ਕੀਤੀ ਜਾ ਕੇ ਜਿਹੜੀ ਮੈਨੂੰ ਅੱਜ ਵੀ ਲੱਗਦਾ ਮੇਰੇ ਦਿਲ 'ਚੋਂ ਚੀਸ ਅੱਜ ਵੀ ਰੜਕਾ ਹੈ, ਇੱਕ ਤੜਫ ਹੈ ਵੀ ਨਹੀਂ ਯਾਰ, ਮੇਰਾ ਪੰਜਾਬ ਜਿਵੇਂ ਰੇਤੇ ਰੇਤਾ ਕਿਰਦਾ ਨਾ ਮੁੱਠੀ 'ਚੋਂ, ਰੇਤ ਕਿਰਦੀ ਹੈ, ਐਂ ਪੰਜਾਬ ਕਿਰ ਰਿਹਾ। ਮੈਨੂੰ ਅੱਜ ਵੀ ਇਹ ਗੱਲ ਦਾ ਫਿਕਰ ਆ। ਠੀਕ ਆ, ਕੋਈ ਗੱਲ ਨਹੀਂ, ਆਪਾਂ ਖੜ੍ਹੇ ਹਾਂ, ਆਪਾਂ ਤਿਆਰ ਹਾਂ, ਹਰ ਪੱਖ ਤੋਂ ਤਿਆਰ ਹਾਂ, ਕੋਈ ਗੱਲ ਨਹੀਂ। ਧੰਨਵਾਦ ਆ ਤੁਹਾਡਾ ਸਾਰਿਆਂ ਦਾ ਕਿ ਤੁਸੀਂ ਬਹੁਤ ਜ਼ੋਰ ਲਾਇਆ, ਬਹੁਤ ਵਧੀਆ ਲੜਾਈ ਆਪਾਂ ਲੜੀ ਹੈ। 84,000 ਬੰਦੇ ਨੇ ਆਪਾਂ ਨੂੰ ਫਤਵਾ ਦਿੱਤਾ, 84,000 ਬੰਦੇ ਨੇ ਘੱਟੋ ਘੱਟ ਆਪਣੀ ਗੱਲ ਨੂੰ ਸਮਝਿਆ ਕਿ ਇਹ ਇਨਸਾਨ ਕਿਹੜੀ ਲੜਾਈ ਲੜ ਰਿਹਾ, ਇਹ ਕੀ ਕਹਿਣਾ ਚਾਹੁੰਦਾ ਜਾਂ ਕਿੱਧਰ ਨੂੰ ਇਹ ਪੰਜਾਬ ਨੂੰ ਲਿਜਾਣਾ ਚਾਹੁੰਦਾ। ਕੋਈ ਗੱਲ ਨਹੀਂ, ਆਪਾਂ ਫਿਰ ਤਿਆਰ ਹਾਂ,
ਕਿਸੇ ਪ੍ਰਕਾਰ ਦਾ ਕੋਈ ਵੀ ਕੰਮ ਕਾਰ ਆ, ਜਿਵੇਂ ਆਪਾਂ ਪਹਿਲਾਂ ਖੜੇ ਹਾਂ ਲੋਕਾਂ ਨਾਲ, ਕਿਸੇ ਦੀ ਧੀ ਭੈਣ ਦਾ ਮਸਲਾ, ਕੋਈ ਜੰਟਾਂ ਦੇ ਮਸਲੇ ਨੇ, ਕੋਈ ਹੋਰ ਮਸਲੇ ਨੇ, ਕਿਸੇ ਰੌਲੇ ਗੌਲੇ ਨੇ ਕੋਈ ਲੋਕਾਂ ਦੇ, ਆਪਾਂ ਪਹਿਲਾਂ ਵੀ ਲੋਕਾਂ ਨਾਲ ਖੜ ਕੇ ਲੜਦੇ ਰਹੇ ਹਾਂ, ਆਪਾਂ ਖੜੇ ਰਹੇ ਹਾਂ ਸੰਘਰਸ਼ਾਂ ਦੇ ਵਿੱਚ ਵੀ, ਕਿਸਾਨਾਂ ਦੇ ਵਿੱਚ ਵੀ, ਉੱਧਰ ਵੀ ਆਪਾਂ ਤਿਆਰ ਹਾਂ। ਤੁਸੀਂ ਜਦੋਂ ਜੀ ਸਦ ਕੇ ਮੇਰੇ ਕੋਲ, ਮੇਰੇ ਦਰਵਾਜ਼ੇ ਖੁੱਲ੍ਹੇ ਨੇ ਬਾਈ ਘਰ ਦੇ, ਜਦੋਂ ਮਰਜ਼ੀ ਆ ਜਾਓ, ਅੱਧੀ ਰਾਤ ਨੂੰ ਆ ਜਾਓ, ਦਿਨੇ ਆ ਜਾਓ, ਜਦੋਂ ਮਰਜ਼ੀ ਫੋਨ ਮਾਰੋ, ਮੈਂ ਤੁਹਾਡੇ ਨਾਲ ਹਰ ਪੱਖ ਤੋਂ ਖੜਾ। ਬਾਕੀ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਮੀਟਿੰਗ ਰੱਖਦੇ ਹਾਂ, ਆਪਾਂ ਸਾਰੀ ਵਿਚਾਰ ਚਰਚਾ ਕਰਦੇ ਹਾਂ ਕਿ ਜਿਹੜਾ ਆਉਣ ਵਾਲੀ ਰਣਨੀਤੀ ਆ ਉਹ ਕੀ ਹੋਣੀ ਚਾਹੀਦੀ ਆ, ਉਹਦੇ ਬਾਰੇ ਵੀ ਆਪਾਂ ਵਿਚਾਰ ਚਰਚਾ ਕਰਾਂਗੇ। ਸੋ ਮੈਂ ਬੇਨਤੀ ਇੰਨੀ ਵੀ ਕਰਦਾ ਤੁਹਾਨੂੰ ਕਿ ਇੱਕ ਸੱਜਣ ਲੱਗਦਾ ਪਤਾ ਨਹੀਂ ਕਦੋਂ ਲੱਗੂਗਾ ਲੋਕਾਂ ਨੂੰ, ਸਾਡੇ ਨੂੰ ਪਤਾ ਕੋਈ ਲੱਗ ਜੂਗਾ ਬਾਈ। ਸ਼ਾਇਦ ਜਿਹੜੀ ਆਪਾਂ ਗੱਲ ਕਰਨੀ ਚਾਹੁੰਦੇ ਹਾਂ ਨਾ, ਇਹ ਹਲੇ ਸਮਝ ਨਹੀਂ ਰਹੇ ਗੱਲ। ਕੋਈ ਗੱਲ ਨਹੀਂ, ਪਾਣੀ ਦਾ ਤਾਂ ਇਹਨਾਂ ਨੂੰ ਸਾਲ ਦੋ ਸਾਲ 'ਚ ਹੀ ਪਤਾ ਲੱਗ ਜਾਣਾ ਕਿ ਪਾਣੀ ਸਾਡਾ ਥੱਲੋਂ ਖਤਮ ਹੁੰਦਾ ਤੁਰਿਆ ਜਾਂਦਾ। ਪਾਣੀ ਦੀ ਤਾਂ ਹਾਹਾਕਾਰ ਹੁਣੀ ਮੱਚੀ ਪਈ ਆ। ਅਤੇ ਕੋਈ ਗੱਲ ਨਹੀਂ, ਆਪਣੀ ਲੜਾਈ ਥੋੜ੍ਹੀ ਜਿਹੀ, ਦੇਖੋ ਇਹਨਾਂ ਲੋਕਾਂ ਨੇ, ਇਹਨਾਂ ਸਿਆਸੀ ਬੰਦਿਆਂ ਨੇ ਬੜੇ ਗੱਪ ਛੱਡੇ ਨੇ, ਬਹੁਤ ਕੁਛ ਕੀਤਾ ਬਾਈ ਇਹਨਾਂ ਨੇ। ਤੁਸੀਂ ਇਹ ਦੇਖੋ ਵੀ ਆਪਾਂ ਤਾਂ ਇੱਕ, ਮੈਨੂੰ ਲੱਗਦਾ ਇਹਨਾਂ ਦੇ ਮੁਕਾਬਲੇ, ਵੋਟਾਂ ਦੀ ਆਪਾਂ ਜੀ ਗੱਲ ਕਰੀਏ ਤਾਂ ਇਹਨਾਂ ਨੇ ਤਾਂ 5 ਵੋਟਾਂ 'ਤੇ ਏਸੀ ਦਿੱਤਾ, 4 ਵੋਟਾਂ 'ਤੇ ਇਹਨਾਂ ਨੇ ਆਹ ਜਿਹੜੀ ਸਕੂਟਰੀ ਜੀ ਹੁੰਦੀ ਆ ਆਪਣੀ, ਇਹਦੇ ਵਾਲੀ ਬੈਂਡਰੀ ਜੀ ਵਾਲੀ ਉਹ ਦਿੱਤੀ, 3 ਵੋਟਾਂ 'ਤੇ ਕੂਲਰ ਦਿੱਤਾ। ਇੱਥੋਂ ਇਸ ਤਰੀਕੇ ਨਾਲ ਵੋਟਾਂ ਲਈਆਂ ਇਹਨਾਂ ਨੇ। ਜੋ ਕੋਈ ਗੱਲ ਨਹੀਂ, ਹਲੇ ਸ਼ਾਇਦ ਜਦੋਂ ਹੌਲੀ ਹੌਲੀ ਸਮਝ ਪਊਗੀ ਲੋਕਾਂ ਨੂੰ ਕਿ ਅਸੀਂ ਲੜਾਈ ਹੁਣ, ਮਾਵਾਂ ਵਿਚਾਰੀਆਂ ਬਿਲਕਦੀਆਂ ਸੀਗੀਆਂ, ਹਰ ਪਿੰਡ ਦੇ ਵਿੱਚ ਮੈਂ ਇਹ ਮੁੱਦਾ ਚੁੱਕਿਆ ਜਾ ਕੇ ਕਿ ਚਿੱਟਾ ਸਾਡੀ ਜਵਾਨੀ ਨੂੰ ਖਾ ਰਿਹਾ, ਮਾਰ ਰਿਹਾ, ਜੇ ਜਵਾਕ ਸਾਡੀ ਜਵਾਨੀ ਨਾ ਬਚੀ। ਕੋਈ ਗੱਲ ਨਹੀਂ, ਮੈਂ ਉਹ ਗੱਲਾਂ ਦਾ ਵੀ ਹੌਲੀ ਹੌਲੀ ਇਹਨਾਂ ਲੋਕਾਂ ਨੂੰ ਸਮਝ ਆ ਜੂਗੀ, ਹਲੇ ਸ਼ਾਇਦ ਉਹ ਚੀਜ਼ 'ਚੋਂ ਨਿਕਲੇ ਨਹੀਂ ਆ। ਇੱਕ ਨੌਜਵਾਨ ਕਹਿੰਦਾ ਭਾਈ ਹੌਂਸਲਾ ਨਾ ਹਾਰੀ। ਨਹੀਂ ਨਹੀਂ ਹੌਂਸਲੇ ਤਾਂ ਯਾਰ ਆਪਾਂ ਜ਼ਿੰਦਗੀ ਨੇ ਬੜੇ ਉਤਰਾਅ ਚੜ੍ਹਾਅ ਦੇਖੇ ਆ। ਹੌਂਸਲਾ ਤਾਂ ਇੱਕ ਦਿਨ ਉਹ ਵੀ ਸੀਗਾ ਜਦੋਂ ਮੈਂ ਗੋਲੀਆਂ ਲੱਗੀਆਂ ਹਸਪਤਾਲ 'ਚ ਪਿਆ ਸੀਗਾ, ਲੋਕ ਕਹਿੰਦੇ ਸੀ ਇਹ ਤਾਂ ਉੱਠ ਹੀ ਨਹੀਂ ਸਕਦਾ, ਤੁਰ ਹੀ ਨਹੀਂ ਸਕਦਾ। ਮੈਂ ਤਾਂ ਉੱਠ ਕੇ ਆ ਗਿਆ ਸੀ, ਮੈਂ ਤਾਂ ਫਿਰ ਵੀ ਆ ਕੇ ਲੜਿਆ, ਹੌਂਸਲਾ ਨਹੀਂ ਮੈਂ ਹਾਰਦਾ। ਮੈਨੂੰ ਕੋਈ ਕਿਸੇ 'ਤੇ ਗਿਲਾ ਨਹੀਂ, ਸ਼ਿਕਵਾ ਨਹੀਂ, ਕਿਉਂਕਿ ਮੈਨੂੰ ਜਨੂੰਨ ਹੈ, ਇਸ਼ਕ ਹੈ ਇਸ ਧਰਤੀ ਨਾਲ, ਪੰਜਾਬ ਨਾਲ, ਮੁਹੱਬਤ ਹੈ ਆਪਣੀ ਕੌਮ ਨਾਲ। ਮੈਂ ਲੜੂੰਗਾ, ਪਰਵਾਹ ਨਾ ਕਰੋ ਯਾਰ, ਮੈਂ ਹੌਂਸਲਾ ਹਾਰਨ ਵਾਲਾ ਬੰਦਾ ਹੀ ਨਹੀਂ। ਇਹ ਥੋੜ੍ਹੀ ਜਿਹੀ ਮੈਂ ਢਿੱਲੀ ਢਾ ਕੇ ਬਹਿ ਜੂੰਗਾ, ਕੋਈ ਗੱਲ ਨਹੀਂ। ਬਹੁਤ ਮਿਹਨਤ ਕੀਤੀ ਆ, ਬਹੁਤ ਜ਼ਿਆਦਾ ਮਿਹਨਤ, 6 ਮਹੀਨੇ ਆਪਾਂ ਲਗਾਤਾਰ, ਕੋਈ ਦਿਨ ਨਹੀਂ ਐਸਾ ਗਿਆ ਹੋਣਾ ਜਿਹੜੇ ਦਿਨ ਆਪਾਂ ਘਰੇ ਪੈਰ ਪਾਇਆ ਹੋਵੇ। ਹਰ ਦਿਨ ਆਪਾਂ ਲੋਕਾਂ 'ਚ ਵਿਚਰੇ ਹਾਂ, ਹਰ ਦਿਨ ਰਾਤ ਆਪਾਂ ਕੀਤੀ ਆ, ਨਾ ਭੁੱਖ ਨਾ ਤੇਹ ਦੇਖੀ, ਨਾ ਗਰਮੀ ਨਾ ਠੰਡ ਦੇਖੀ। ਆਪਾਂ ਕੋਈ ਗੱਲ ਨਹੀਂ, ਆਪਾਂ ਇਹ ਕੋਈ ਖਾਸ ਗੱਲ ਨਹੀਂ, ਆਪਾਂ ਮਿਹਨਤ ਕਰ ਰਹੇ ਹਾਂ ਇਸ ਪੰਜਾਬ ਲਈ, ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਲਈ ਕਰ ਰਹੇ ਹਾਂ। ਕੋਈ ਗੱਲ ਨਹੀਂ, ਕਦੇ ਸਾਡੀਆਂ ਆਉਣ ਵਾਲੀਆਂ ਨਸਲਾਂ ਹੀ ਸਾਨੂੰ ਸਮਝਣਗੀਆਂ, ਕਦੇ ਉਹ ਸਾਨੂੰ ਚੇਤੇ ਕਰਿਆ ਕਰਨਗੇ ਵੀ ਹਾਂ ਕੋਈ ਬੰਦੇ ਸਾਡੇ ਹੋਂਦ ਨੂੰ ਬਚਾਉਣ ਲਈ, ਇਸ ਪੰਜਾਬ ਨੂੰ ਬਚਾਉਣ ਲਈ ਲੜਾਈ ਲੜ ਰਹੇ ਸੀਗੇ। ਸ਼ਾਇਦ ਉਹਨਾਂ ਦੇ ਗੱਲਾਂ ਉਦੋਂ ਸਮਝ ਪੈ ਜਾਣ ਸਾਡੀਆਂ।
ਮੈਂ ਫਿਰ ਕਹਿਣਾ ਖੀਰ ਦੇ ਉੱਤੇ, ਪੰਜਾਬੀਓ ਪ੍ਰਵਾਸ ਨਾ ਕਰੋ, ਆਪਣੀ ਜ਼ਮੀਨ ਵੇਚ ਕੇ ਨਾ ਭੱਜੋ, ਆਪਣੀ ਬੋਲੀ ਨੂੰ ਜਿਉਂਦੀ ਰੱਖੋ, ਆਪਣਾ ਇਤਿਹਾਸ ਸਾਂਭਲੋ, ਆਪਣੇ ਪਾਣੀ ਬਚਾ ਲਓ, ਤੁਹਾਡੇ ਪਾਣੀ ਮੁੱਕ ਚੱਲੇ, ਆਪਣੀ ਹਵਾ ਬਚਾ ਲਓ ਜ਼ਹਿਰੀਲੀ ਹੋ ਚੱਲੀ, ਕੰਮ ਰੁਜ਼ਗਾਰ ਆਪਣੇ ਬੰਦਿਆਂ ਨੂੰ ਦਿਓ, ਝੋਨਾ ਲਾਉਣਾ ਹੁਣ ਤੁਸੀਂ, ਆ ਸ਼ੁਰੂ ਹੋ ਜੂਗਾ 5-7 ਦਿਨ ਦਾ ਝੋਨਾ ਲੱਗਣਾ ਪੰਜਾਬ 'ਚ, ਜਿਹੜਾ ਵੀ ਝੋਨੇ ਦਾ ਕੰਮ ਦੇਣਾ ਉਹ ਕੰਮ ਆਪਣੇ ਪੰਜਾਬ ਦੇ ਜਿਹੜੇ ਸਾਡੇ ਆਪਣੇ ਭਰਾ ਨੇ ਮਜ਼ਦੂਰ ਨੇ ਉਹਨਾਂ ਨੂੰ ਦਿਓ ਬਾਈ। ਅਤੇ ਇਸ ਕਰਕੇ ਜਿਹੜੀਆਂ ਮੇਰੀਆਂ ਜਿਹੜੇ ਮੇਰੇ ਮੁੱਦੇ ਨੇ ਜਿਨ੍ਹਾਂ ਨੂੰ ਮੈਂ ਲੈ ਕੇ ਲੜ ਰਿਹਾ, ਸੋ ਮੈਨੂੰ ਉਮੀਦ ਸੀ ਲੋਕ ਸਾਥ ਦੇਣਗੇ, ਫਤਵਾ ਦੇਣਗੇ, ਅਤੇ ਮੈਂ ਇਹ ਗੱਲ ਉੱਥੇ ਜਿਹੜਾ ਵੀ ਪ੍ਰਧਾਨ ਮੰਤਰੀ ਬੈਠਾ ਹੋਊਗਾ ਉਹਦੇ ਸਾਹਮਣੇ ਖੜ੍ਹ ਕੇ ਬੋਲੂੰਗਾ ਕਿ ਇਹ ਪੰਜਾਬ ਹੈ। ਉਹ ਪੰਜਾਬ ਨੇ ਬੋਲਣਾ ਸੀ, ਲੱਖਾਂ ਨਹੀਂ ਸੀ ਬੋਲਣਾ, ਉਹ ਪੰਜਾਬ ਦੇ ਦਰਦ ਨੇ ਬੋਲਣਾ ਸੀ, ਪੰਜਾਬ ਦੀ ਹੂਕ ਨੇ ਬੋਲਣਾ ਸੀ, ਉਹ ਸਾਡੇ ਲੋਕਾਂ ਦੀ ਪੰਜਾਬੀਆਂ ਦੀ ਆਵਾਜ਼ ਨੇ ਉੱਥੇ ਬੋਲਣਾ ਸੀ। ਚਲੋ ਕੋਈ ਗੱਲ ਨਹੀਂ, ਸ਼ਾਇਦ ਪਰਮਾਤਮਾ ਨੂੰ ਕੀ ਮਨਜ਼ੂਰ ਹੈ, ਪਰਮਾਤਮਾ ਸਾਡੇ ਨਾਲੋਂ ਬਿਹਤਰ ਜਾਣਦਾ, ਇਹ ਭਵਿੱਖ ਦੇ ਗਰਭ 'ਚ ਪਈਆਂ ਨੇ ਗੱਲਾਂ। ਸੋ ਆਉਣ ਵਾਲੇ ਦਿਨਾਂ 'ਚ ਆਪਾਂ ਮੀਟਿੰਗਾਂ ਕਰਕੇ ਸਾਰਿਆਂ ਪਿੰਡਾਂ ਦੇ ਵਿੱਚ ਆਪਾਂ ਬੈਠ ਕੇ ਸਾਰਿਆਂ ਨਾਲ ਗੱਲਬਾਤ ਕਰਕੇ ਆਪਾਂ ਉਹਨਾਂ ਨੂੰ ਮਿਲ ਕੇ ਕਮੇਟੀਆਂ ਬਣਾ ਕੇ ਢਾਂਚਾ ਬਣਾ ਕੇ ਅਗਲੀ ਰਣਨੀਤੀ ਆਪਾਂ ਤਿਆਰ ਕਰਾਂ। ਸੋ ਸਾਰਿਆਂ ਨੇ ਤਕੜੇ ਰਹਿਣਾ, ਹੌਸਲਾ ਨਹੀਂ ਛੱਡਣਾ, ਕੋਈ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਆਵੇ, ਕੋਈ ਤੰਗ ਕਰਦਾ, ਕੋਈ ਹੋਰ ਮਸਲਾ ਕੋਈ ਵਿਗੜਦਾ ਤਾਂ ਤੁਸੀਂ ਮੈਨੂੰ ਚੇਤੇ ਕਰਿਓ, ਮੈਨੂੰ ਯਾਦ ਕਰ ਲਓ, ਮੈਂ ਤੁਹਾਡੇ ਨਾਲ ਤੁਹਾਡਾ ਭਰਾ ਹਮੇਸ਼ਾ ਖੜ੍ਹਾ ਰਹੂੰਗਾ। ਧੰਨਵਾਦ। ਠੀਕ ਹੈ ਜੀ, ਉਹਦੇ ਸਹੀ ਆ ਤੁਹਾਡੀ ਗੱਲ, ਜਿੱਤ ਹਾਰ ਦਾ ਮਤਲਬ ਨਹੀਂ ਆ, ਨਾਲ ਖੜ੍ਹੇ ਹੀ ਤਾਂ ਖੜ੍ਹੇ ਰਹਾਂਗੇ, ਜਿਉਂਦੇ ਰਹੋ, ਮੈਨੂੰ ਮਾਣ ਹੈ ਨਾ ਭਰਾਵਾਂ ਦੇ ਉੱਤੇ, ਮੇਰੀਆਂ ਸੱਜੀਆਂ ਖੱਬੀਆਂ ਬਾਹਾਂ ਤੁਸੀਂ ਨਾਲ ਖੜ੍ਹੇ ਸੀ ਅਤੇ ਨਾਲ ਖੜ੍ਹੇ ਰਹੋਗੇ, ਕਿਉਂਕਿ ਆਪਾਂ ਇਹ ਛੋਟੀ ਲੜਾਈ ਨਹੀਂ ਲੜ ਰਹੇ ਜੋ ਇਹ ਲੜ ਰਹੇ ਆ, ਜਿੱਤ ਗਿਆ ਵੀ ਹਾਰ ਗਿਆ ਸ਼ਾਇਦ ਕੋਈ ਗੱਲ ਨਹੀਂ, ਆ ਪਤਾ ਲੱਗ ਹੀ ਜਾਣਾ ਲੋਕਾਂ ਨੂੰ ਕਿ ਇਹਨਾਂ ਲੋਕਾਂ ਨੇ ਕੀ ਉੱਥੇ ਬੋਲਣਾ, ਜਾ ਕੇ ਪੰਜਾਬ ਲਈ ਕਿਹੜੀ ਆਵਾਜ਼ ਉਠਾਉਣੀ ਆ। ਸੋ ਧੰਨਵਾਦ ਸਾਰਿਆਂ ਦਾ, ਮੈਂ ਫਿਰ ਤੈਅ ਦਿਲੋਂ ਧੰਨਵਾਦ ਕਰਦਾ ਕਿ ਤੁਸੀਂ ਲੋਕਾਂ ਨੇ ਬਹੁਤ ਡਟ ਕੇ ਮੇਰਾ ਸਾਥ ਦਿੱਤਾ, ਜਿਉਂਦੇ ਵੱਸਦੇ ਰਹੋ, ਆਉਣ ਵਾਲੇ ਦਿਨਾਂ 'ਚ ਆਪਾਂ ਜਲਦੀ ਮਿਲਦੇ ਹਾਂ। ਧੰਨਵਾਦ ਸਾਰਿਆਂ ਦਾ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।